ਕਾਕੜ ਜੀ ਕੀ ਇਹੀ ਗੱਲ ਹੈ ਕਿ ਜਿਹੜੇ ਸਾਡੇ ਖਾਸ ਕਰਕੇ ਜੇ ਕਹਿ ਦਈਏ ਪੰਜਾਬੀ ਖੇਤਰ ਦੇ ਵਿੱਚ ਗੀਤਕਾਰ ਹੈ ਜਿਹੜੇ ਲੇਖਕ ਅਲੋਪ ਹੋ ਕੇ ਰਹਿ ਜਾਂਦੇ ਆ ਪਰ ਜਦੋਂ ਡਿਮਾਂਡ ਸਾਹਮਣੇ ਤੋਂ ਆਉਂਦੀ ਹੈ ਕਿ ਨਹੀਂ ਸਾਨੂੰ ਕਿਉਂ ਗਾਣਾ ਚਾਹੀਦਾ ਜਿਹੜਾ ਡੀਜੇ ਤੇ ਵੱਜੇ ਜਿਹੜਾ ਹਿੱਟ ਹੋਵੇ ਰਾਤੋ ਰਾਤ ਹਿੱਟ ਹੋਵੇ ਭਾਵੇਂ ਗੱਲ ਕਿੱਦਾਂ ਦੀ ਵੀ ਹੋਵੇ ਤਾਂ ਫਿਰ ਉੱਥੇ ਗੀਤਕਾਰ ਮਜਬੂਰ ਆ।